ਲਓ ਮਿੱਤਰੋ ਪਹੁੰਚਿਆ ਜੇ ਆਪਾਂ ਬਰਨਾਲੇ, ਇੱਥੇ ਝੁੰਮਰੀ ਝੁੰਮਰ ਲਾਏ ਪਏ ਨੇ, ਬਹੁਤ ਹੀ ਘੱਟ ਰੇਟਾਂ 'ਤੇ ਨੇ, ਇੰਨੇ ਸੋਹਣੇ ਝੁੰਮਰ ਲੱਗੇ ਹੋਏ ਨੇ, ਨਵੇਂ ਪੁਰਾਣੇ ਸਾਰੇ ਡਿਜ਼ਾਈਨਾਂ ਦੇ ਝੁੰਮਰ ਨੇ, ਰੇਟ ਬਹੁਤ ਘੱਟ ਨੇ। ਯਾਨੀ ਕਿ ਤੁਸੀਂ ਆਲੀਸ਼ਾਨ ਕੋਠੀ ਵਾਲੀ ਫੀਲਿੰਗ ਲੈਣੀ ਆ ਤਾਂ ਤੁਸੀਂ ਬਰਨਾਲੇ ਪਹੁੰਚੋ ਅਤੇ ਇੱਥੋਂ ਝੁੰਮਰ ਲੈ ਕੇ ਜਾਓ। ਇੰਨੇ ਸੋਹਣੇ ਝੁੰਮਰ ਲੱਗੇ ਹੋਏ ਨੇ ਸਾਡੇ ਪਿੱਛੇ, ਦੇਖ ਰਹੇ ਹੋ ਤੁਸੀਂ ਕਿੰਨੇ ਬਹੁਤ ਡਿਜ਼ਾਈਨਾਂ ਦੇ ਝੁੰਮਰ ਲੱਗੇ ਹੋਏ ਨੇ ਅਤੇ ਬਹੁਤ ਹੀ ਘੱਟ ਰੇਟਾਂ ਦੇ ਝੁੰਮਰ ਨੇ ਇਹ। ਤੁਸੀਂ ਬਰਨਾਲੇ ਪਹੁੰਚੋ, ਝੁੰਮਰ ਲੈ ਕੇ ਜਾਓ, ਇੱਥੋਂ ਬਹੁਤ ਸੋਹਣੇ ਡਿਜ਼ਾਇਨ ਨੇ, ਨਵੇਂ ਤੋਂ ਨਵੇਂ, ਪੁਰਾਣੇ ਤੋਂ ਪੁਰਾਣੇ, ਕੋਠੀਆਂ 'ਚ ਲਾਓ ਅਤੇ ਫੀਲਿੰਗ ਪੂਰੀ ਆਲੀਸ਼ਾਨ ਫੀਲਿੰਗ ਆਊਗੀ ਤੁਹਾਨੂੰ ਲਾ ਕੇ। ਲਓ ਜੀ, ਕਰੋ ਐਡਰੈਸ ਨੋਟ ਦੁਕਾਨ ਦਾ। ਰੇਲਵੇ ਸਟੇਸ਼ਨ ਤੋਂ ਜਦੋਂ ਤੁਸੀਂ ਪੁਰਾਣੇ ਸਿਨੇਮੇ ਨੂੰ ਜਾਓਗੇ, ਪੁਰਾਣੇ ਸਿਨੇਮੇ ਦੇ ਬਿਲਕੁਲ ਇਹ ਸਾਹਮਣੇ ਦੁਕਾਨ ਬਣੀ ਹੋਈ ਆ, ਬਿਲਕੁਲ ਸਾਹਮਣੇ ਪੁਰਾਣੇ ਸਿਨੇਮੇ। ਅੰਸ਼ ਇਲੈਕਟ੍ਰਿਕ ਸਟੋਰ ਬਿਲਕੁਲ ਪੁਰਾਣੇ ਸਿਨੇਮੇ ਦੇ ਬਿਲਕੁਲ ਸਾਹਮਣੇ ਆ, ਅੰਸ਼ ਇਲੈਕਟ੍ਰਿਕ ਸਟੋਰ। ਫੋਨ ਸਕਰੀਨ 'ਤੇ ਚੱਲ ਰਿਹਾ। ਇੱਥੇ ਇਹ ਨਹੀਂ ਹੈਗਾ ਵੀ ਇਕੱਲੇ ਝੁੰਮਰ ਹੀ ਮਿਲਦੇ ਨੇ, ਬਿਜਲੀ ਦਾ ਸਾਰਾ ਸਮਾਨ ਮਿਲਦਾ ਤੁਹਾਨੂੰ, ਬਿਲਕੁਲ ਕੰਟਰੋਲ ਰੇਟ 'ਤੇ ਮਿਲੂਗਾ। ਥੋਕ ਦਾ ਸਮਾਨ ਇਹਨਾਂ ਕੋਲ, ਕੁਛ ਮਰਜ਼ੀ ਲੈ ਲਓ, ਸੁੱਚਾਂ ਲੈ ਲਓ, ਪੱਖੇ ਲੈ ਲਓ, ਫੀਟਿੰਗ ਦਾ ਵੀ ਸਾਰਾ ਸਮਾਨ ਮਿਲ ਜਾਂਦਾ ਤੁਹਾਨੂੰ, ਬਿਲਕੁਲ ਕੰਟਰੋਲ ਰੇਟ 'ਤੇ ਮਿਲੂ। ਇੱਕ ਵਾਰੀ ਤੁਸੀਂ ਵਿਜਿਟ ਜ਼ਰੂਰ ਕਰੋ, ਫਿਰ ਤੁਸੀਂ ਆਪ ਹੀ ਕਹੋਗੇ ਵੀ ਹਾਂ ਵਾਕਈ ਸਮਾਨ ਸਹੀ ਮਿਲਦਾ ਇੱਥੋਂ, ਬਹੁਤ ਕੰਟਰੋਲ ਰੇਟ 'ਤੇ ਮਿਲਦਾ। ਆਹ ਦੇਖੋ ਵੀਰ, ਵਰਾਇਟੀ ਆ ਜਿਹੜੀ ਲਾਈਟਾਂ ਦੀ, ਇੰਨੀ ਵਰਾਇਟੀ ਤੁਹਾਨੂੰ ਬਰਨਾਲੇ 'ਚੋਂ ਕਿਤੋਂ ਨਹੀਂ ਮਿਲਦੀ। ਜਿੰਨੀ ਵਰਾਇਟੀ ਤੁਹਾਨੂੰ ਅੰਸ਼ ਇਲੈਕਟ੍ਰਿਕ 'ਤੇ ਮਿਲਜੂ ਬਰਨਾਲੇ 'ਚੋਂ, ਇੰਨੀ ਵਰਾਇਟੀ ਤੁਹਾਨੂੰ ਬਰਨਾਲੇ 'ਚੋਂ ਹੋਰ ਕਿਤੋਂ ਨਹੀਂ ਮਿਲ ਸਕਦੀ। ਬਹੁਤ ਜ਼ਿਆਦਾ ਵਰਾਇਟੀ ਲੱਗੀ ਹੋਈ ਆ, ਨਵੀਂ ਤੋਂ ਨਵੀਂ, ਬਹੁਤ ਸੋਹਣੇ। ਆ ਦੇਖੋ ਡਿਜ਼ਾਇਨ ਦੇਖੋ ਤੁਸੀਂ ਲਾਈਟਾਂ ਦੇ, ਬਹੁਤ ਸੋਹਣੇ ਡਿਜ਼ਾਇਨ ਲੱਗੇ ਹੋਏ ਨੇ, ਬਹੁਤ ਖੂਬਸੂਰਤ ਲਾਈਟਾਂ ਨੇ। ਅਤੇ ਸਭ ਤੋਂ ਵੱਡੀ ਗੱਲ ਆ, ਜਿਹੜੇ ਰੇਟ ਨੇ ਉਹ ਵੀ ਜਾਇਜ਼ ਰੱਖੇ ਹੋਏ ਨੇ, ਹੋਲਸੇਲ ਦੇ ਰੇਟ ਨੇ ਸਾਰੇ, ਹੋਲਸੇਲ 'ਤੇ ਤੁਸੀਂ ਲੈ ਸਕਦੇ ਹੋ, ਪੀਸ ਇੱਕ ਲਓ, ਦੋ ਲਓ, ਪੰਜ ਲਓ, ਪੀਸਾਂ ਦਾ ਕੋਈ ਚੱਕਰ ਨਹੀਂ, ਰੇਟ ਤੁਹਾਨੂੰ ਹੋਲਸੇਲ ਵਾਲੀ ਲੱਗਣਗੇ। ਇੱਥੇ ਆਹ ਖੰਭ ਜੇ ਨੇ ਜਿਹੜੇ, ਇਹ ਬਹੁਤ ਸੋਹਣੀ ਲਾਈਟਿੰਗ ਹੈ, ਬਹੁਤ ਸੋਹਣੇ ਡਿਜ਼ਾਇਨ ਨੇ, ਬਹੁਤ ਹੀ ਲਾਜਵਾਬ ਦੁਕਾਨ ਤੁਹਾਨੂੰ ਲੱਭ ਕੇ ਦਿੱਤੀ ਹੈ। ਇੱਕ ਵਾਰੀ ਲਾਹਾ ਜ਼ਰੂਰ ਲਓ ਤੁਸੀਂ। ਆਹ ਦੇਖੋ ਝੁੰਮਰ ਲਾਈਟਾਂ ਕਿੰਨਾ ਜ਼ਿਆਦਾ, ਯਾਨੀ ਕਿ ਵੀਡੀਓ ਲੰਮੀ ਹੋ ਜਾਂਦੀ ਜੇ ਅਸੀਂ ਤੁਹਾਨੂੰ ਸਾਰਾ ਕੁਛ ਦਿਖਾਉਂਦੇ, ਅਤੇ ਜ਼ਿਆਦਾ ਨਹੀਂ ਦਿਖਾਇਆ। ਲੋੜ ਕਜੋਗਰਾ ਜਿੰਨੇ ਬਿਨਾਂ ਜਮੀ ਨਹੀਂ ਸੀ ਸਰਦਾ, ਉੰਨੀ ਕੀ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਰਹੇ ਹਾਂ। ਜੇ ਤੁਸੀਂ ਵਿਜਿਟ ਕਰਕੇ ਆਓਗੇ ਇੱਥੇ, ਦੇਖੋਗੇ ਤਾਂ ਫਿਰ ਪਤਾ ਲੱਗੂ ਤੁਹਾਨੂੰ ਵੀ ਬਾਕੀ ਵਰਾਇਟੀ ਬਹੁਤ ਜ਼ਿਆਦਾ ਵਰਾਇਟੀ ਆ ਬਰਨਾਲੇ 'ਚ, ਇੰਨੀ ਵਰਾਇਟੀ ਤੁਹਾਨੂੰ ਕਿਤੋਂ ਨਹੀਂ ਮਿਲਣੀ, ਬਹੁਤ ਜ਼ਿਆਦਾ ਵਰਾਇਟੀ ਆ। ਅਤੇ ਦੁਕਾਨ ਵਾਲੇ ਵੀਰ ਨਾਲ ਵੀ ਤੁਹਾਡੀ ਗੱਲਬਾਤ ਕਰਵਾਉਣੇ ਆ, ਅਤੇ ਰੇਟ ਦਾ ਸਾਰੇ ਦਾ ਉਹ ਤੁਹਾਨੂੰ ਡਿਟੇਲ ਦੇ ਦੇਣਗੇ ਵੀ ਕੀ ਕਿਹੜੀ ਚੀਜ਼ ਕਿੰਨੇ ਦੀ ਆ, ਸੋਲਰ ਲਾਈਟਾਂ ਵਗੈਰਾ ਵੀ ਸਾਰਾ ਕੁਛ ਹੈਗਾ। ਝੁੰਮਰ ਦਾ ਤਾਂ ਅੰਤ ਹੀ ਨਹੀਂ ਜੀ, ਬਰਨਾਲੇ 'ਚ ਤੁਹਾਨੂੰ ਇੰਨਾ ਝੁੰਮਰ ਕਿਤੋਂ ਨਹੀਂ ਮਿਲਣਾ, ਬਹੁਤ ਜ਼ਿਆਦਾ ਵਰਾਇਟੀ ਪਈ ਆ ਝੁੰਮਰ ਦੀ ਤਾਂ। ਅਤੇ ਵੀਰ ਨਾਲ ਤੁਹਾਡੀ ਇਹ ਤੋਂ ਬਾਅਦ ਗੱਲਬਾਤ ਕਰਾਉਣੇ ਆ, ਅਤੇ ਸਾਰੇ ਰੇਟਾਂ ਦਾ ਕਲੀਅਰ ਹੋ ਜਾਊਗਾ ਵੀ ਕਿਹੜੀ ਚੀਜ਼ ਕਿੰਨੇ ਦੀ ਹੈ। ਅਤੇ ਮੇਰੀ ਦੁਕਾਨ ਦੇ ਵਿੱਚ ਝੁੰਮਰਾਂ ਦਾ ਸਭ ਤੋਂ ਵੱਡਾ ਮੇਨ ਕੰਮ ਕੀਤਾ ਗਿਆ ਕਿ ਝੁੰਮਰ ਹੋਏ ਜਿਸਦੀ ਸਾਡੇ ਕੋਲ ਵਰਾਇਟੀ ਸਿਰਫ 1,850 ਰੁਪਏ ਤੋਂ ਲੈ ਕੇ ਝੁੰਮਰ ਦੀ ਸਟਾਰਟ ਹੋ ਗਈ, ਅਤੇ 1,25,000 ਰੁਪਏ ਤੱਕ ਦੀ ਵਰਾਇਟੀ ਹੈ। ਓਕੇ, ਉਸ ਤੋਂ ਬਾਅਦ ਸਾਡੇ ਕੋਲ ਬਾਲ ਲਾਈਟਾਂ, ਹੈਂਗਿੰਗ ਲਾਈਟਾਂ ਜਿਵੇਂ ਕੋਈ 350-500-700 ਰੁਪਏ ਤੋਂ ਲੈ ਕੇ 4-5,000 ਰੁਪਏ ਤੱਕ ਦੀ ਬੇਹੱਦ ਵਰਾਇਟੀ ਹੈ ਜਿਹੜੀ ਕਿ ਬਾਲ ਲਾਈਟਾਂ ਦੀ ਹੈ। ਓਕੇ, ਐਜ਼ ਇਟ ਇਜ਼ ਸਾਡੇ ਕੋਲ ਆਊਟਡੋਰ ਦੀ ਵਰਾਇਟੀ ਹੈ ਜਿਹੜੀ ਕਿ ਬਿਲਡਿੰਗ ਦੇ ਬਾਹਰ ਲੱਗਦੀ ਹੈ, ਐਲੀਵੇਸ਼ਨ ਦੇ ਬਾਹਰ ਲੱਗਦੀ ਹੈ, ਇਸਦੀ ਕਾਫੀ ਵੱਡੀ ਵਰਾਇਟੀ ਹੈ। ਠੀਕ ਹੈ, ਇਹ ਆਜ ਮੈਂ ਆ ਜਿਹੜੀ ਵਰਾਇਟੀ ਆ ਲਾਈਟਾਂ ਆ ਜਾਂਦੀਆਂ ਨੇ, ਇਹਨਾਂ ਦਾ ਕੀ ਪ੍ਰਾਈਸ ਵਗੈਰਾ ਹੁੰਦਾ ਗਾ? ਜਿਸ ਤਰ੍ਹਾਂ ਸਰ ਆਹ ਵਰਾਇਟੀ 1 ਸਾਲ ਦੀ ਗਰੰਟੀ ਨਾਲ ਸਾਡਾ ਸਿਰਫ ਔਰ ਸਿਰਫ ਨੈਟ ਆਪਰੇਟਰ 300 ਰੁਪਏ ਪੀਸ ਰੱਖਿਆ ਗਿਆ। 300 ਰੁਪਏ ਦਾ ਪੀਸ, 1 ਸਾਲ ਦੀ ਗਰੰਟੀ। ਓਕੇ, ਐਜ਼ ਇਟ ਇਜ਼ ਸਾਡੇ ਕੋਲ ਇਹਦੇ ਡਿਜ਼ਾਈਨਾਂ ਦੇ ਨਾਲ ਨਾਲ ਡਰੈਸਿੰਗ ਟੇਬਲ ਤੇ ਵਾਸ਼ ਮਸ਼ੀਨ ਤੇ ਲੱਗਣ ਵਾਲੀ ਆਈਟਮਾਂ ਦੀ ਕਾਫੀ ਵੱਡੀ ਵਰਾਇਟੀ ਹੈ। ਠੀਕ ਹੈ, ਝੁੰਮਰਾਂ ਦੀ ਤਾਂ ਸਾਡੇ ਕੋਲ ਬੇਹੱਦ ਵਰਾਇਟੀ ਹੈ। ਜਿਸ ਤਰ੍ਹਾਂ ਕਿ ਸਾਡੇ ਕੋਲ ਆਹ ਵਾਲਾ ਝੁੰਮਰ ਸਟਾਰਟ ਹੋ ਜਾਂਦਾ ਕੋਈ 1,850 ਰੁਪਏ ਦਾ ਨੈੱਟ ਫਿੱਟ ਝੁੰਮਰ ਪੈ ਜਾਂਦਾ ਗਾ। ਓਕੇ, ਹਾਂ, ਬਾਕੀ ਸਾਡੇ ਜਿੰਨੇ ਵੀ ਝੁੰਮਰਾਂ ਦੇ ਉੱਪਰ ਪ੍ਰਾਈਸ ਜਾਂ ਬਾਲ ਲਾਈਟਾਂ ਦੇ ਉੱਪਰ ਲੱਗੇ ਹੋਏ ਉਹ 'ਤੇ ਸਾਡਾ ਫਿਕਸ ਨੈੱਟ 20% ਡਿਸਕਾਊਂਟ ਰੱਖਿਆ ਹੋਇਆ।
ਠੀਕ ਹੈ। ਜੋ ਵੀ ਕਸਟਮਰ ਬਾਹਰੋਂ ਸਾਡੀ ਵੀਡੀਓ ਦੇਖ ਕੇ ਆਉਂਦਾ ਉਹਨੂੰ ਅਸੀਂ 20% ਲੈਸ ਆਪਣੇ ਆਪ ਹੀ ਕਰਦੇ। ਓਕੇ ਹਾਂਜੀ, ਲਾ ਵੀ ਦੋਸਤੋ ਜਿਹੜਾ ਵੀ ਭਰਾ ਕੋਈ ਬਾਹਰੋਂ ਵੀਡੀਓ ਦੇਖ ਕੇ ਆਊਗਾ ਹਨਾ, 20% ਦਾ ਤੁਹਾਨੂੰ ਵੈਸੇ ਹੀ ਲੈਸ ਕੀਤਾ ਜਾਊਗਾ। ਤੇ ਜਿੱਦਾਂ ਬਾਬੂ ਜੀ ਆ ਜਿਵੇਂ ਆਹ ਜਿਹੜੇ ਝੁੰਬਰ ਨੇ ਗਏ ਜਿਹੜੀਆਂ ਲਾਈਟਾਂ ਵਾਲੇ ਇਹ, ਤੇ ਇਹ ਕੀ ਰੇਂਜ ਪੈ ਜਾਂਦੇ ਜੀ? ਇਹ ਸਰ ਸਾਡੇ ਵਾਲਾ ਝੁੰਮਰ ਜਿਹੜਾ ਵੀ ਇਹ 28 ਲਾਈਟਾਂ ਵਾਲਾ ਝੁੰਮਰ ਹੈ, ਇਹਦੀ ਕਾਫੀ ਵੱਡੀ ਵਰਾਇਟੀ ਆਉਂਦੀ ਹੈ। ਇੱਕ ਲਾਈਟ ਵਾਲਾ ਆਉਂਦਾ, ਫਿਰ 3 ਵਾਲਾ, ਫਿਰ 17 ਵਾਲਾ, ਜਿਵੇਂ 15 ਵਾਲਾ ਲੱਗਿਆ ਹੋਇਆ, ਇਹ 28 ਵਾਲਾ, ਇਦੋਂ ਬੜਾ 50 ਵਾਲਾ। ਇਹ ਵਾਲਾ ਪੀਸ ਨੈੱਟ ਫਿੱਟ ਕੋਈ 26,000 ਰੁਪਏ ਦਾ ਝੁੰਮਰ ਹੈ, ਬਸ ਸਿਰਫ 26,000 ਰੁਪਏ। ਦੇਖੋ ਐਂ ਲੱਗਿਆ ਮੰਦਾ ਵੀ ਇਹ ਹੋਊਗਾ ਲੱਖ ਸਵਾ ਲੱਖ ਦੇ ਲਗਭਗ। ਇਹ 26,000 ਰੁਪਏ ਦਾ ਹੋਲਸੇਲ ਰੇਟ ਪ੍ਰਾਈਸ ਵਾਲਾ ਝੁੰਮਰ ਹੈ। ਇਸ ਤੋਂ ਬਾਅਦ ਸਾਡੇ ਕੋਲ ਆਹ ਬੜਾ ਝੁੰਮਰ ਪਿਆ ਲੱਖ ਸਵਾ ਲੱਖ ਰੁਪਏ ਰੇਂਜ ਦੇ ਵਿੱਚ। ਓਕੇ ਹਾਂ, ਉਸ ਤੋਂ ਬਾਅਦ ਸਾਡੇ ਕੋਲ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਝੁੰਮਰ ਲਵਾਉਣਾ ਚਾਹੁੰਦਾ ਹੋਵੇ, ਸਾਈਜ਼ ਸਾਰੀ ਲੱਗਦੇ ਨੇ, ਬੜਾ ਛੋਟਾ ਛੋਟਾ ਸਾਰੇ ਮਿਲਦੀ ਵਰਾਇਟੀ ਹੈ। ਯਾਰ ਦੇਖੋ ਇਹ ਸਾਰੇ ਝੁੰਮਰਾਂ ਦੀ ਸਾਡੇ ਕੋਲ ਫੁੱਲ ਵਰਾਇਟੀ ਹੈ, ਸਭ ਤੋਂ ਛੋਟੇ ਸਾਈਜ਼ ਤੋਂ ਲੈ ਕੇ ਫੁੱਲ ਸਾਰੀ ਰੇਂਜ ਵੱਡੀ ਤੋਂ ਵੱਡੀ ਰੱਖੀ ਹੋਈ ਹੈ। ਤੇ ਹੋਰ ਆ ਜਿਵੇਂ ਇਦੂ ਆ ਜਾਂਦੇ ਨੇ ਜੀ, ਅੱਜ ਕੱਲ ਦੇ ਮਾਡਰਨ ਸਟਾਈਲ ਦੇ ਝੁੰਮਰ ਨੇ, ਇਹਦੇ 9 ਰਿੰਗ ਵਾਲਾ ਝੁੰਮਰ ਹੈ, 6 ਵਾਲਾ ਗਾ, ਇਹਦੇ ਕਲਰ ਚੇਂਜ ਹੁੰਦੇ, ਸੁੱਚ ਬੰਦ ਕਰੇ ਤਾਂ ਵਾਈਟ ਬੋਮਬੇ ਨੈਚੁਰਲ ਵਾਈਟ। ਇੱਕ ਸਾਡੇ ਕੋਲ ਇਹ ਝੁੰਮਰ ਹੈ ਵਿਦ ਰਿਮੋਟ, ਇਹਦੇ 6 ਕਲਰ ਨੇ, ਵਾਈਟ ਬੋਮਬੇ, ਰੈਡ, ਬਲੂ, ਗ੍ਰੀਨ। ਓਕੇ, ਰਿਮੋਟ ਨਾਲ ਕਲਰ ਆਪਾਂ ਇਹਦੇ ਘਟਾ ਵੀ ਸਕਦੇ ਹਾਂ, ਵਧਾ ਵੀ ਸਕਦੇ ਹਾਂ। ਓਕੇ, ਇਹਦੇ ਨਾਲ ਰਿਮੋਟ ਕੰਟਰੋਲ ਨਾਲ? ਜੀ ਹਾਂਜੀ ਹਾਂ, ਠੀਕ ਹੈ। ਇਸ ਤੋਂ ਬਾਅਦ ਸਾਡੇ ਕੋਲ ਪ੍ਰੋਫਾਈਲ ਲਾਈਟ ਦੀ ਕਾਫੀ ਵੱਡੀ ਰੇਂਜ ਹੁੰਦੀ ਹੈ, ਜਿਹਦੇ ਕਿ 0.5 mm ਤੋਂ ਲੈ ਕੇ ਸਟਾਰਟ ਹੋ ਕੇ 2 ਇੰਚੀ ਤੱਕ ਦੀ ਸਾਰੀ ਮਿਲਦੀ ਪ੍ਰੋਫਾਈਲ, ਕੋਲਰ, ਬਿਨਾਂ ਕੋਲਰ, ਸਟਿੱਪਾਂ, ਜੋ ਕੁਛ ਮਰਜ਼ੀ ਲਓ, ਸਭ ਕੁਝ ਹੋਲਸੇਲ ਰੇਟਾਂ 'ਤੇ ਹੀ ਮਿਲੂਗਾ। ਓਕੇ ਹਾਂਜੀ, ਸਾਰਾ ਸਮਾਨ ਜਾਣੀ ਕਿ ਤਕਰੀਬਨ ਆਪਣੇ ਕੋਲ ਹੋਲਸੇਲ ਰੇਟ 'ਤੇ ਹੀ ਮਿਲਣਾ ਹੈ ਜੋ ਵੀ ਆਈਟਮ ਹੈ। ਜੇ ਕੋਈ ਸੁੱਚ ਵਗੈਰਾ ਦੀ ਵਰਾਇਟੀ, ਉਹ ਸਾਡੀ ਸਰ ਥੱਲੜੇ ਫਲੋਰ 'ਤੇ, ਤੁਹਾਨੂੰ ਉਹਦੇ ਵੀ ਤੁਹਾਨੂੰ ਸੈਂਪਲ ਦਿਖਾਉਂਦੇ ਹਾਂ ਵੀ ਹਾਂ ਸਾਡੇ ਕੋਲ ਸੁੱਚ ਵਗੈਰਾ ਸਭ ਕੰਪਨੀਆਂ ਦਾ ਮਟੀਰੀਅਲ ਹੈ, ਕੋਈ ਲੋਕਲ ਸਮਾਨ ਨਹੀਂ। ਓਕੇ, ਜਿਹੜਾ ਕੋਈ ਵੀਡੀਓ ਵਗੈਰਾ ਆਪਣੀ ਸ਼ੇਅਰ ਕਰੂਗਾ ਵੱਧ ਤੋਂ ਵੱਧ ਉਹਨਾਂ ਲਈ ਕੋਈ? ਉਹਨਾਂ ਲਈ ਸਰ ਅਸੀਂ ਵੀਡੀਓ ਜੋ ਸ਼ੇਅਰ ਕਰਦਾ ਸੀ ਪਹਿਲੇ 5 ਸ਼ੇਅਰ ਵਾਲੇ ਬੰਦਿਆਂ ਲਈ ਇੱਕ ਗਿਫਟ ਆਈਟਮ ਰੱਖੀ ਹੈ ਜੋ ਕਿ ਅੱਗੇ ਲੱਗੀ ਹੋਈ ਹੈ, ਤੁਹਾਨੂੰ ਦਿਖਾ ਸਕਦਾ ਮੈਂ। ਓਕੇ ਜੀ, ਜਿਸ ਤਰ੍ਹਾਂ ਕਿ ਮਿਰਰ ਲਾਈਟ ਹੈ, ਇਹਨੂੰ ਸੁੱਚ ਬੰਦ ਕਰੇ ਤੋਂ ਇਹਦੇ ਕਲਰ ਔਨ ਆਫ ਕਰੇ ਤੋਂ ਕਲਰ ਚੇਂਜ ਹੁੰਦੇ ਨੇ। ਓਕੇ, ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਪਹਿਲੇ 5 ਪਰਸਨਾਂ ਨੂੰ ਅਸੀਂ ਇਹ ਫ੍ਰੀ ਓਫ ਫ੍ਰੀ ਕੋਸਟ ਗਿਫਟ ਦੇਵਾਂਗੇ। ਲਾ ਵੀ ਮਿੱਤਰੋ, ਜਿਹੜਾ ਵੀ ਭਰਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੂ ਹਨਾ, ਉਹਦੇ ਵਿੱਚੋਂ ਪਹਿਲੇ 5 ਜਿਹੜੇ ਜਾਣੇ ਹੋਣਗੇ ਉਹਨਾਂ ਨੂੰ ਇਹ ਲਾਈਟ ਹੈ ਜਿਹੜੀ ਬਿਲਕੁਲ ਫ੍ਰੀ ਗਿਫਟ ਹੀ ਮਿਲੂਗੀ ਇੱਕ ਤਰ੍ਹਾਂ ਦੀ ਹਨਾ। ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ, ਜਿੰਨਾ ਹੋ ਸਕਦਾ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰੋ, ਅਤੇ ਬਾਕੀ ਡਿਜ਼ਾਈਨ ਆ ਜਿਹੜੇ ਤੁਹਾਨੂੰ ਆਪਾਂ ਦਿਖਾਈ ਜਾਂਦੇ ਹੈਗੇ ਵੀਡੀਓ ਦੇ ਵਿੱਚ ਚੱਲਦੇ, ਤੁਸੀਂ ਦੇਖ ਹੀ ਰਹੋਗੇ ਝੁੰਮਰਾਂ ਦੇ ਜਿੰਨੇ ਵੀ ਡਿਜ਼ਾਈਨ ਨੇਗੇ ਸਾਰੇ ਤਕਰੀਬਨ ਤੁਹਾਨੂੰ ਆਪਾਂ ਦਿਖਾਈ ਦਿੱਤੇ ਹੈਗੇ। ਰੇਟ ਆ ਜਿਹੜੇ ਉਹ ਤੁਸੀਂ ਜਦੋਂ ਇੱਥੇ ਆਵੋਗੇ ਕੁਛ ਰੇਟ ਤੁਹਾਨੂੰ ਆਪਾਂ ਦੱਸ ਹੀ ਦਿੱਤੇ ਵੀਡੀਓ ਦੇ ਵਿੱਚ, ਬਾਕੀ ਜਦੋਂ ਇੱਥੇ ਵਿਜ਼ਿਟ ਕਰੋਗੇ ਰੇਟਾਂ ਦਾ ਤੁਹਾਨੂੰ ਆਪੀ ਡਿਫਰੈਂਟ ਆ ਜਿਹੜਾ ਉਹ ਆਪੀ ਲੱਗੂਗਾ ਵੀ ਹਾਂ ਯਾਰ ਰੇਟ ਬਹੁਤ ਜ਼ਿਆਦਾ ਹੋਰਾਂ ਸ਼ਹਿਰਾਂ ਬਾਜ਼ਾਰਾਂ ਦੇ ਨਾਲੋਂ ਤੁਹਾਨੂੰ ਘੱਟ ਹੀ ਮਿਲੂਗਾ ਰੇਟ, ਇਹ ਨਹੀਂ ਹੈਗਾ ਵੀ ਤੁਹਾਨੂੰ ਜ਼ਿਆਦਾ ਰੇਟ ਲੱਗੂਗਾ ਇੱਥੇ। ਲਓ ਵੀ ਦੋਸਤੋ, ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਸਾਰੇ ਸੁੱਚਾਂ ਦੀ, ਲਾਈਟਾਂ ਦੀ, ਜਿੰਨੀਆਂ ਵੀ ਇੱਥੇ ਸੋਲਰ ਲਾਈਟਾਂ ਪਈਆਂ ਨੇ ਹਨਾ, ਇਹ ਸਾਰੀ ਵਰਾਇਟੀ ਹੈ ਜਿਹੜੀ ਤੁਹਾਨੂੰ ਦਿਖਾਉਂਦੇ ਹਾਂ, ਅਤੇ ਨਾਲੇ ਰੇਟ ਆ ਜਿਹੜੇ ਉਹ ਵੀ ਤੁਹਾਨੂੰ ਦੱਸਦੇ ਹਾਂ ਵੀ ਕੀ ਰੇਟ ਪੈਣਗੀਆਂ। ਤਾਂ ਬਾਬੂ ਜੀ ਕੀ ਰੇਟ ਪੈ ਰਹੀਆਂ ਨੇ ਆਪਾਂ ਨੂੰ ਇਹ? ਸਾਡੇ ਕੋਲ ਸਰ ਸੁੱਚ ਹੈ ਜਿਵੇਂ ਐਰੀਓਨ ਕੰਪਨੀ ਦੀ ਹੈ, ਬਰਾਸ ਪਾਰਟਸ ਦੇ ਵਿੱਚ ਸੁੱਚ ਦਾ ਰੇਟ ਅਸੀਂ ਸਿਰਫ ਔਰ ਸਿਰਫ ਹੋਲਸੇਲ ਰੇਟ 10 ਰੁਪਏ ਰੱਖਿਆ। ₹10 ਸੁੱਚ ਰੱਖਿਆ ਗਾ, ਫੁੱਲ ਗਰੰਟੀ ਦੇ ਨਾਲ ਹੈ ਵੀ ਕੋਈ ਵੀ ਸੁੱਚ ਨੂੰ ਪ੍ਰੋਬਲਮ ਆ ਗਈ ਨਾਲ ਦੀ ਸੁੱਚ ਫ੍ਰੀ ਓਫ ਕੋਸਟ ਬਦਲ ਕੇ ਦੇਵਾਂਗੇ। ਓਕੇ, ਪਲੱਗ ਦਾ ਰੇਟ ਹੈ, ਲੋਕ ਕਹਿੰਦੇ ਵੀ ਸੁੱਚ ਸਸਤੀ ਦਾ ਅਤੇ ਪਲੱਗ ਮਹਿੰਗਾ ਲਾਤਾ ਹੋਊ, ਪਲੱਗ ਦਾ ਰੇਟ ਸਾਡਾ 18 ਰੁਪਏ, ਪਲੱਗ 18 ਰੁਪਏ, ਜੋ ਅਸੀਂ ਦੁਕਾਨਦਾਰਾਂ ਨੂੰ ਰੇਟ ਵੇਚਦੇ ਹਾਂ ਹੋਲਸੇਲ ਉਹੀ ਰੇਟਾਂ 'ਤੇ ਸਮਾਨ ਹੈ। ਇਸ ਤੋਂ ਬਾਅਦ ਇਹ ਤਾਂ ਹੋ ਗਿਆ ਇੱਕ ਜਰਨਲ ਦੇ ਵਿੱਚ ਸਿੰਪਲ, ਠੀਕ ਹੈ। ਇਹ ਸਾਡੇ ਕੋਲ ਕਹਿੰਦਾ ਕੌਣ ਦਾ ਬ੍ਰਾਂਡ ਜਿਹੜਾ ਦੁਨੀਆ ਦੇ ਵਿੱਚ ਵਿਕਣ ਵਾਲਾ, ਸਾਡੇ ਕੋਲ ਜੀ ਐਮ ਕੰਪਨੀ ਦਾ ਬ੍ਰਾਂਡ ਹੈਗਾ, ਬਿਲਕੁਲ ਡੰਮੀ ਟੈਪ ਸੁੱਚ ਹੈਗੀ ਜੀ, ਡੱਬਾਂਗੇ ਤਾਂ ਸੁੱਚ ਦਿਖਦੀ ਹੈ ਕਿ ਨਹੀਂ ਤਾਂ ਡੰਮੀ ਲੱਗਦੀ ਆ।
ਫਿਰ ਸਾਡੇ ਕੋਲ GM ਤੋਂ ਬਾਅਦ ਗੋਲਡ ਮੈਡਲ ਕੰਪਨੀ ਸੋਚਿਆ, ਹੈਵਲਸ ਕੰਪਨੀ ਸੋਚਿਆ, ਐਜੀ ਸਾਡੇ ਕੋਲ ਵਾਇਰ ਹੈਵਲ ਦੀ, GM ਦੀ, ਫਿਨੋਲੈਕਸ ਦੀ, ਤੇ ਸਭ ਤੋਂ ਕਹਿੰਦੇ ਕਿ ਹੁੰਦੀ ਟੌਪ ਦੀ ਕੰਪਨੀ RB ਲੈਂਡ ਦੀ ਵਾਇਰ ਹੈ, ਜਿਹਦਾ ਕਿ 11 ਨੰਬਰ ਫੁੱਲ ਗੇਜ ਹੈ, ਗੋਲਡ FRLS ਫਾਇਰ ਪਰੂਫ ਹੈ। ਓਕੇ, ਤੇ ਰੇਟ ਇਸਦਾ ਸਾਰੀ ਕੰਪਨੀਆਂ ਨਾਲੋਂ ਘੱਟ ਹੈ, ਸਿਰਫ ਔਰ ਸਿਰਫ 51 ਦਾ ਬੰਡਲ ਦਾ ਰੇਟ 950 ਰੁਪਏ ਰੱਖਿਆ ਹੈ। 950 ਰੁਪਏ ਬਾਜ਼ਾਰ ਦੇ ਵਿੱਚ 1350 ਰੁਪਏ ਤੋਂ ਘੱਟ ਬੰਡਲ ਹੀ ਮਿਲੇਗਾ ਤੁਹਾਨੂੰ। ਓਕੇ, ਹਾਂਜੀ। ਆਈ ਸਾਡੇ ਕੋਲ ਕੰਸੀਲ ਲਾਈਟਾਂ ਨੇ, ਇਹ ਵੀ GM ਕੰਪਨੀ ਦੀ ਹੈ, ਟਰੈਕ ਲਾਈਟ ਹੈ, ਇਹ ਵੀ GM ਕੰਪਨੀ ਦੀ ਹੈ। ਕੋਈ ਵੀ ਚੀਜ਼ ਲੈਣੀ ਬ੍ਰਾਂਡਡ ਹੋਊਗੀ, ਲੋਕਲ ਕੋਈ ਸਮਾਨ ਨਹੀਂ ਵੇਚਦੇ। ਸਿਲੰਡਰ ਵਗੈਰਾ ਲੈਣੇ ਨੇ, ਸਿਲੰਡਰ ਮਿਲ ਜਾਣਗੇ। ਓਕੇ, ਸਰਫੇਸ ਪੈਨਲ ਲੈਣਾ, ਸਰਫੇਸ ਪੈਨਲ ਮਿਲ ਜੂ। POP 'ਚ ਲਾਉਣ ਵਾਲੇ ਪੈਨਲ ਚਾਹੀਦੇ, GM ਦੇ, ਫਲਿਪਸ ਦੇ, ਹੈਵਲ ਦੇ, ਹਰੇਕ ਕੰਪਨੀ ਦੇ ਪੈਨਲ ਸਾਡੇ ਕੋਲ ਅਵੇਲੇਬਲ ਨੇ। ਓਕੇ, ਟੱਚ ਸੁੱਚ ਦੀ ਲੋੜ ਹੈ, ਕੋਈ ਕਸਟਮਰ ਕਹਿੰਦਾ ਟੱਚ ਸੁੱਚ ਚਾਹੀਦੇ ਵਾਈਫਾਈ ਦੇ ਨਾਲ, ਸਾਡੇ ਕੋਲ ਉਹ ਵੀ ਸੁੱਚ ਹਾਜ਼ਰ ਹੈ। ਸੁੱਚ ਔਨ ਕਰਾਂਗੇ, ਔਫ ਕਰਾਂਗੇ ਤਾਂ ਲਾਈਟ ਔਨ ਹੋਊਗੀ। ਬਿਲਕੁਲ, ਇਸ ਦੇ ਕਲਰ ਮਿਲ ਜਾਣਗੇ। ਰੋਪ ਲਾਈਟ ਹੈਗੀ, ਅੱਜ ਕੱਲ੍ਹ ਕੋਫਰਾਂ 'ਚ ਪੈਂਦੀ ਹੈ, ਇਹ ਵੀ GM ਕੰਪਨੀ ਦੀ ਮਿਲੇਗੀ। ਫਲੱਡ ਲਾਈਟ ਹੈ, 50 ਵਾਟ ਦੀ ਹੈ। ਸਾਡਾ ਹੋਲਸੇਲ ਰੇਟ ਮਾਰਕੀਟ ਦੇ ਨਾਲੋਂ ਇੰਨਾ ਘੱਟ ਰੱਖਿਆ ਹੋਵੇ, ਸਿਰਫ ਔਰ ਸਿਰਫ 700 ਰੁਪਏ, 2 ਸਾਲ ਦੀ ਗਰੰਟੀ, ਚਾਹੇ ਪਾਣੀ 'ਚ ਡਿੱਪ ਕਰਕੇ ਚਲਾ ਲਓ, ਨਾ ਇਹਨੂੰ ਕੁਛ ਹੋਵੇ ਨਾ ਕਰੇ। ਆਹ ਲੈਣ 700 ਰੁਪਏ ਦੀ, ਸਿਰਫ 700 ਰੁਪਏ ਦੀ। ਉਹ ਮਾਰਕੀਟ 'ਚ ਕੀ ਰੇਟ ਵਿਕਦੀ ਕਰਦੀ? 1200 ਰੁਪਏ ਦਾ ਡੇਰਾ ਸਰ, 1200 ਰੁਪਏ, 2 ਸਾਲ ਦੀ ਗਰੰਟੀ, ਪੀਸ ਟੂ ਪੀਸ, ਕੋਈ ਰਿਪੇਅਰ ਨਹੀਂ ਕਰਕੇ ਦੇਣੀ, ਕੋਈ ਕੁਛ ਨਹੀਂ। ਓਕੇ, ਅਸੀਂ ਸਾਡੇ ਕੋਲ ਸੋਲਰ ਲਾਈਟਾਂ ਨੇ, ਜਿਵੇਂ ਕਿ ਐਲਕੋਰ ਕੰਪਨੀ ਸੋਲਰ ਲਾਈਟ ਹੈ, ਜਿਹਨੂੰ ਆਪਾਂ ਤੂੰ ਔਨ ਕਰਦੇ ਹਾਂ, 90 ਵਾਟ ਦੀ ਲਾਈਟ ਹੈ ਜੀ। ਠੀਕ ਹੈ, ਧੁੱਪੇ ਆਪਣੇ ਆਪ ਹੀ ਚਾਰਜ ਹੋਊਗੀ, ਰਾਤ ਨੂੰ ਆਪਣੇ ਆਪ ਹੀ ਚੱਲ ਪਊਗੀ, ਹਨੇਰਾ ਹੋਣ ਸਾਰ ਹੀ ਇਹਨੇ ਬੰਦ ਹੋ ਜਾਣਾਗਾ, ਜਦੋਂ ਚਾਨਣ ਹੋਣਾ ਤੇ ਇਹਨੇ ਆਪਣੇ ਆਪ ਹੀ ਚੱਲ ਪਿਆ। ਓਕੇ, ਇਸ ਤਰ੍ਹਾਂ ਹੀ ਸਾਡੇ ਕੋਲ ਸੋਲਰ ਲਾਈਟ ਹੈ, ਆਊਟਡੋਰ ਦੇ ਵਿੱਚ ਲੱਗਣ ਵਾਸਤੇ, ਹਨੇਰਾ ਕਰਾਂਗੇ ਤਾਂ ਲਾਈਟ ਚੱਲ ਪੈਣੀ ਹੈ, ਚਾਨਣ ਹੋਣਾ ਤਾਂ ਲਾਈਟ ਬੰਦ ਹੋ ਜਾਣੀ ਹੈ। ਸੋਲਰ ਦੀ ਗੇਟ ਲਾਈਟ, ਇਹਦਾ ਕੀ ਰੇਟ ਹੈ ਜੀ ਇਹਨਾਂ ਲਾਈਟਾਂ ਦਾ? ਸਰ ਇਹਦੇ ਕਈ ਤਰੀਕੇ ਦੇ ਮਾਡਲ ਆਉਂਦੇ, ਜਿਹੜਾ ਸਿੰਗਲ ਪੀਸ ਵਾਲਾ ਮਾਡਲ ਆਉਂਦਾ 250 ਰੁਪਏ ਦੇ, 350 ਦਾ, ਇੱਕ ਹੋਰ ਮਾਡਲ ਆਉਂਦਾ ਉਹ ਵੀ 250 ਰੁਪਏ ਦਾ, ਕਾਫੀ ਬੜੀ ਵਰਾਇਟੀ ਹੈ। ਓਕੇ, ਉਹ ਕਸਟਮਰ ਨੂੰ ਦਿਖਾਏ ਤੂੰ ਇੰਨਾ ਕੁਝ ਦੱਸਿਆ ਜਾ ਸਕਦਾ। ਠੀਕ ਹੈ, ਠੀਕ ਹੈ। ਬਾਕੀ ਅੱਗੇ ਸੀਜ਼ਨ ਆ ਰਿਹਾ ਸਰਦੀ ਦਾ, ਸਰਦੀ ਦਾ ਸੀਜ਼ਨ ਆ ਰਿਹਾ, ਅਸੀਂ ਧਮਾਕਾ ਸੇਲ ਲਾਈਏ ਸਰਦੀ ਦੇ ਸੀਜ਼ਨ ਦੇ ਉੱਤੇ। ਸੋਰੀ, ਜਿਹੜਾ ਬਾਜ਼ਾਰ ਦੇ ਵਿੱਚ ਇਹ ਗੀਜ਼ਰ ISI ਬ੍ਰਾਂਡ 3500-3800 ਰੁਪਏ ਦਾ ਵਿਕਦਾ, ਸਾਡਾ ਵੀਡੀਓ ਨੂੰ ਸ਼ੇਅਰ ਕਰਕੇ ਆਉਣ ਵਾਲੇ ਨੂੰ ਸਿਰਫ ਹੋਰ ਸਿਰਫ 2500 ਰੁਪਏ ਦਾ ਗੀਜ਼ਰ ਦਿੱਤਾ ਜਾਏਗਾ। 2500 ਰੁਪਏ ਦਾ? 2500 ਰੁਪਏ ਦਾ ਲੀਟਰ, 2 ਸਾਲ ਦੀ ਗਰੰਟੀ, 25 ਲੀਟਰ, 25 ਲੀਟਰ ਦਾ, ਕਿਸੇ ਵੀ ਪਾਸੇ ਤੁਹਾਨੂੰ ਇਸ ਰੇਟ ਤੇ ਗੀਜ਼ਰ ਨਹੀਂ ਮਿਲੇਗਾ, ਓਰੀਜਨਲ ISI ਗੀਜ਼ਰ ਹੋਏਗਾ। ਲਾ ਵੀ ਦੋਸਤੋ, 2500 ਰੁਪਏ ਦੇ ਵਿੱਚ ਗੀਜ਼ਰ, ਯਾਰ ਕਮਾਲ ਦੀ ਗੱਲ ਆ ਗਈ, 25 ਲੀਟਰ ਦਾ ਨਾਲੇ 2500 ਰੁਪਏ ਦੇ ਵਿੱਚ, ਏਦੂ ਸਸਤਾ ਹੋਰ ਆਪਾਂ ਨੂੰ ਕਿਤੋਂ ਨਹੀਂ ਮਿਲ ਸਕਦਾ। 2 ਸਾਲ ਦੀ ਗਰੰਟੀ, ਉਹ 1 ਸਾਲ ਟੋਲ ਫਰੀ ਗਰੰਟੀ ਹੈ, 1 ਸਾਲ ਮੈਨੂਅਲ ਗਰੰਟੀ ਹੈ। ਓਕੇ, 2 ਸਾਲ ਦੀ ਗਰੰਟੀ ਦੇ ਨਾਲ ਉਹ ਵੀ। ਬਾਕੀ ਸਾਡੇ ਕੋਲ ਹੈਂਗੀ ਲੈਂਡ ਦੀ ਵਰਾਇਟੀ ਬਹੁਤ ਜ਼ਿਆਦਾ ਹੈਗੀ, 300 ਰੁਪਏ ਤੋਂ ਸ਼ੁਰੂ ਹੋ ਕੇ ਹੈਂਗੀ ਲੈਂਡ ਸਾਡੇ ਕੋਲ 3000-4000 ਰੁਪਏ ਤੱਕ ਵਰਾਇਟੀ ਮਿਲ ਜੂ। ਇੰਨੇ ਕੁ ਵਰਾਇਟੀ ਲੱਗੀ ਵੀ ਬੰਦੇ ਨੂੰ ਦੇਖਣੀ ਔਖੀ ਹੋ ਜੂ, ਵਰਾਇਟੀ ਇੰਨੀ ਜ਼ਿਆਦਾ ਸਾਡੇ ਕੋਲ। ਵਰਾਇਟੀ ਤਾਂ ਦੇਖ ਹੀ ਸਕਦੇ ਹੋ ਦੋਸਤੋ, ਤੁਹਾਨੂੰ ਵੀਡੀਓ ਦੇ ਵਿੱਚ ਜਿੱਥੇ ਤੀਕਰ ਕੈਮਰੇ ਦੇ ਵਿੱਚ ਸ਼ੂਟ ਹੋ ਰਿਹਾ ਹੈ ਨਾ, ਆਈਟਮ ਅਤੇ ਵਰਾਇਟੀ ਬਹੁਤ ਜ਼ਿਆਦਾ ਲੱਗੀ ਵੀ ਹੈਗੀ ਇੱਥੇ, ਤਾਂ ਇੱਕ ਵਾਰ ਜ਼ਰੂਰ ਇੱਥੇ ਆਉਣਾ ਨਾ। ਜਿਹੜੇ ਇਹ ਰੇਟ ਨੇ, ਇਹ ਰੇਟ ਤੁਹਾਨੂੰ ਕਿਤੋਂ ਵੀ ਨਹੀਂ ਮਿਲਣੇ ਹੈਗੇ ਪੂਰੇ ਪੰਜਾਬ ਦੇ ਵਿੱਚੋਂ, ਨਾਲੇ ਹੋਲਸੇਲ ਦੇ ਵਿੱਚ ਰੇਟ ਮਿਲ ਰਹੇ ਨੇ। ਇਹ ਨਹੀਂ ਹੈਗਾ ਵੀ ਤੁਸੀਂ ਇਕੱਠਾ ਸਮਾਨ ਇੱਥੋਂ ਲੈਣਾ ਕਰਨਾ ਹੈ ਨਾ, ਜਿੱਦਾਂ ਆਪਾਂ ਨੂੰ ਘਰ ਦੇ ਵਿੱਚ ਜ਼ਰੂਰਤ ਹੈਗੀ, ਜਿੱਦਾਂ ਵੀ ਆਪਾਂ ਨੂੰ ਕੋਈ ਇਲੈਕਟ੍ਰੀਸ਼ਨ ਦੱਸਦਾ ਗਾ ਕਿਸੇ ਵੀ ਤਰ੍ਹਾਂ ਦਾ ਸਮਾਨ, ਤਾਂ ਇੱਥੇ ਆ ਕੇ ਇੱਕ ਵਾਰ ਜ਼ਰੂਰ ਵਿਜਿਟ ਕਰੋ। ਲਾਹ ਤਾਰਾਂ ਤੋਂ, ਸੁੱਚਾਂ ਤੋਂ ਹਰ ਇੱਕ ਕੰਪਨੀ ਦਾ ਸਮਾਨ ਮਿਲੂ ਤੁਹਾਨੂੰ, ਇਹ ਨਹੀਂ ਹੈਗਾ ਵੀ ਤੁਹਾਨੂੰ ਡੁਪਲੀਕੇਟ ਸਮਾਨ ਮਿਲੀ ਜਾਊਗਾ ਕਿਸੇ ਵੀ ਤਰ੍ਹਾਂ ਦਾ।
ਵੀ ਜਿੱਦਾਂ ਕਾਪੀਆਂ ਵਗੈਰਾ ਆਉਂਦੀਆਂ ਨੇਗੀਆਂ ਸਾਰਾ ਓਰੀਜਨਲ ਸਮਾਨ ਮਿਲਦਾ ਬਰਨਾਲੇ ਦੇ ਨੇੜੇ ਦੇ ਬੰਦਿਆਂ ਨੂੰ ਜਿਹੜਾ ਨੂੰ ਲੈ ਕੇ ਜਾਣਾ ਸਮਾਨ ਸੌਖਾ ਲੱਗੇ ਦੂਰ ਵਾਲਿਆਂ ਨੂੰ ਪਾਈਪਾਂ ਲੈ ਕੇ ਜਾਣੀਆਂ ਔਖਾ ਲੱਗਦਾ ਸਾਡੇ ਕੋਲ ਆਰ ਬੀ ਲੈਂਡ ਕੰਪਨੀ ਦੀ ਪਾਈਪ ਹੈ ਜਿਹੜੀ ਕਿ ਇਸ ਤਰ੍ਹਾਂ ਦੂਰੀ ਕਰ ਲਓ ਚਾਹੇ ਪਿਓਰ ਫਲੈਕਸੀਬਲ ਪਾਈਪ ਹੈ ਓਰੀਜਨਲ ਆਈ ਐਸ ਆਈ ਹੈ ਇਹਦਾ ਵੀ ਅਸੀਂ ਰੇਟ ਹੋਲਸੇਲ ਰੇਟ 65 ਰੁਪਏ ਰੱਖਿਆ ਜਦਕਿ ਵੀਡੀਓ ਦੇ ਵਿੱਚ ਕੋਈ ਇਹ ਚੀਜ਼ਾਂ ਦਾ ਰੇਟ ਨਹੀਂ ਬੋਲਦਾ ਸਾਡੇ ਰੇਟ ਜੈਨੂ ਹੋਣ ਕਰਕੇ ਅਸੀਂ ਓਪਨ ਰੇਟ ਦੱਸ ਰਹੇ 65 ਰੁਪਏ ਰੇਟ ਜਿਵੇਂ ਮਰਜ਼ੀ ਇਹਨੂੰ ਕੋਈ ਦੱਬਲੇ ਕੁੱਟਣੇ ਪੈ ਟੁੱਟੂਗੀ ਨਹੀਂ ਓਕੇ ਐਵੇਂ ਜਿਵੇਂ ਫੈਨ ਬੋਕਸ ਹੈ ਟਾਟਾ ਦੀ ਸ਼ੀਟ ਦਾ ਬਣਿਆ ਹੋਇਆ ਆਰ ਬੀ ਲੈਂਡ ਦਾ ਸਾਰਾ ਬ੍ਰਾਂਡ ਦੇ ਵਿੱਚ ਸਮਾਨ ਹੋਊਗਾ ਇਹਦਾ ਰੇਟ ਵੀ ਸਾਡਾ ਹੋਲਸੇਲ 56 ਰੁਪਏ ਰੱਖਿਆ ਹੋਇਆ ਲੈ ਵੀ ਦੋਸਤੋ ਬਹੁਤ ਜ਼ਿਆਦਾ ਘੱਟ ਰੇਟ ਨੇਗੇ ਆਪਾਂ ਨੂੰ ਪਤਾ ਹੀ ਅਕਸਰ ਆਪਾਂ ਬਾਜ਼ਾਰਾਂ ਦੇ ਵਿੱਚ ਜੋ ਜਾਂਦੇ ਹਾਂ ਨਾ ਇਹ ਚੀਜ਼ਾਂ ਦਾ ਜਾਂ ਕਿਸੇ ਨਾ ਕਿਸੇ ਯਾਰ ਮਿੱਤਰ ਤੋਂ ਆਪਾਂ ਪਤਾ ਹੀ ਕਰਿਆ ਹੁੰਦਾ ਹੈਗਾ ਵੀ ਆ ਜਿਹੜਾ ਬਿਜਲੀ ਦਾ ਸਮਾਨ ਕਿਤੋਂ ਵੀ ਕੋਈ ਲੈ ਕੇ ਆਉਂਦਾ ਹੈਗਾ ਕਿੰਨਾ ਜ਼ਿਆਦਾ ਇਹਦੇ ਵਿੱਚ ਤੁਹਾਨੂੰ ਇੱਥੇ ਰੇਟ ਸੁਣ ਕੇ ਪਤਾ ਲੱਗ ਰਿਹਾ ਹੋਊ ਕਿੰਨਾ ਉੱਲਾ ਹੈਗਾ ਰੇਟਾਂ ਦੇ ਵਿੱਚ ਹੈ ਨਾ ਤਾਂ ਇੱਥੇ ਤੁਹਾਨੂੰ ਜਮਾਂ ਬਿਲਕੁਲ ਹੋਲਸੇਲ ਰੇਟ 'ਤੇ ਮਿਲ ਰਿਹਾ ਹੈਗਾ ਸਕਰੀਨ 'ਤੇ ਜਿਹੜਾ ਨੰਬਰ ਚੱਲੀ ਜਾਂਦਾ ਇਹ ਨੰਬਰ 'ਤੇ ਜਦ ਮਰਜ਼ੀ ਕਾਲ ਕਰਕੇ ਤੁਸੀਂ ਜ਼ਰੂਰ ਇੱਕ ਵਾਰੀ ਇੱਥੇ ਵਿਜਿਟ ਕਰੋ ਤਾਂ ਇੱਥੇ ਆ ਕੇ ਤੁਹਾਨੂੰ ਵਰਾਇਟੀ ਦਾ ਜਿਹੜਾ ਬਹੁਤ ਜ਼ਿਆਦਾ ਪਤਾ ਲੱਗੇਗਾ ਕਿਉਂਕਿ ਹੁਣ ਇੰਨੀ ਵਰਾਇਟੀ ਹੈ ਕਿ ਵੀਡੀਓ ਆ ਜਿਹੜੀ ਹੋਰ ਜ਼ਿਆਦਾ ਲੰਮੀ ਹੋਈ ਜਾਵੇਗੀ ਤਾਂ ਵੀਡੀਓ ਦੇ ਵਿੱਚ ਇੰਨੀ ਜ਼ਿਆਦਾ ਵਰਾਇਟੀ ਹੈ ਜਿਹੜੀ ਅਸੀਂ ਦਿਖਾ ਵੀ ਨਹੀਂ ਸਕਦੇ ਤੁਹਾਨੂੰ ਮੇਨ ਮੇਨ ਆਈਟਮਾਂ ਜਿਹੜੀਆਂ ਨੇਗੀਆਂ ਉਹ ਤੁਹਾਨੂੰ ਦਿਖਾਤੀਆਂ ਅਤੇ ਮੇਨ ਮੇਨ ਦੇ ਤੁਹਾਨੂੰ ਰੇਟ ਆ ਜਿਹੜੇ ਉਹ ਦੱਸਤੇ ਰੇਟ ਇਹੀ ਰਹਿਣਗੇ ਨਾ ਜੀ ਰੇਟ ਇਹੀ ਰਹਿਣਗੇ ਬਾਕੀ ਸਾਡੀ ਵੀਡੀਓ ਦੇ ਵਿੱਚ ਅਸੀਂ ਇੱਕ ਇੰਸਟਾਗ੍ਰਾਮ ਦਾ ਪੇਜ ਬਣਾਇਆ ਹੋਇਆ ਹੈਗਾ ਅੰਸ਼ ਇਲੈਕਟ੍ਰਿਕ ਸਟੋਰ ਦੇ ਨਾਮ 'ਤੇ ਓਕੇ ਜੀ ਨੂੰ ਫੋਲੋ ਕਰੋ ਅਤੇ ਜਿੰਨੀ ਵੀ ਸਾਡੀ ਦੁਕਾਨ ਦੇ ਵਿੱਚ ਆਈਟਮ ਲੱਗੀ ਉਹ ਤੁਹਾਨੂੰ ਸਾਰੀ ਸਾਰੀ ਆਈਟਮ ਉਹਦੇ ਵਿੱਚ ਸ਼ੋਅ ਹੋਊਗੀ ਜੋ ਸਟਾਕ ਦੇ ਵਿੱਚ ਹੈ ਓਕੇ ਉਹਦੇ 'ਤੇ ਇੰਸਟਾਗ੍ਰਾਮ 'ਤੇ ਡੇਲੀ ਅਪਡੇਟ ਤੁਸੀਂ ਰੇਟ ਪਾਉਂਦੇ ਰਹਿੰਦੇ ਹੋ ਇੰਸਟਾਗ੍ਰਾਮ ਦੀ ਆਈਡੀ ਦਾ ਨੇਮ ਹੈ ਅੰਸ਼ ਇਲੈਕਟ੍ਰਿਕ ਸਟੋਰ ਤਾਂ ਵੀ ਦੋਸਤੋ ਇੰਸਟਾਗ੍ਰਾਮ ਦਾ ਇਹਨਾਂ ਦਾ ਸਕਰੀਨਸ਼ਾਟ ਆਪਾਂ ਵੀਡੀਓ ਦੇ ਉੱਪਰ ਲਾਤਾ ਤਾਂ ਇੰਸਟਾਗ੍ਰਾਮ 'ਤੇ ਜਾ ਕੇ ਇਹਨਾਂ ਨੂੰ ਫੋਲੋ ਕਰ ਲਓ ਉੱਥੇ ਤੁਹਾਨੂੰ ਹਰ ਇੱਕ ਜਿਹੜੀ ਵਰਾਇਟੀ ਇਹਨਾਂ ਕੋਲ ਆਉਂਦੀ ਹੈਗੀ ਜਾਂ ਡੇਲੀ ਦਾ ਕੋਈ ਵੀ ਰੇਟ ਆ ਘੱਟਦਾ ਵੱਧਦਾ ਹੈ ਨਾ ਉਹ ਸਾਰੇ ਰੇਟ ਦੀ ਅਪਡੇਟ ਆ ਇਹ ਡੇਲੀ ਦੀ ਉਹਦੇ ਉੱਪਰ ਪਾਉਂਦੇ ਰਹਿੰਦੇ ਨੇਗੇ ਤਾਂ ਇੰਸਟਾਗ੍ਰਾਮ ਦੀ ਆਈਡੀ ਇਹਨਾਂ ਦੀ ਉੱਪਰ ਤੁਸੀਂ ਵੀਡੀਓ ਦੇ ਸਕਰੀਨਸ਼ਾਟ ਦੇਖ ਹੀ ਰਹੋਗੇ ਤਾਂ ਉਹਦੇ ਉੱਪਰ ਇੰਸਟਾਗ੍ਰਾਮ 'ਤੇ ਜਾ ਕੇ ਸਰਚ ਕਰੋ ਹੈ ਨਾ ਉੱਥੇ ਜਾ ਕੇ ਇਹਨਾਂ ਨੂੰ ਫੋਲੋ ਕਰੋ ਤਾਂ ਉੱਥੇ ਤੁਹਾਨੂੰ ਹਰ ਇੱਕ ਵਰਾਇਟੀ ਦਾ ਰੇਟ ਆ ਜਿਹੜਾ ਉੱਥੇ ਤੁਹਾਨੂੰ ਤੁਸੀਂ ਕਨਫਰਮ ਕਰ ਸਕਦੇ ਹੋ ਇਹਨਾਂ ਦੇ ਨਾਲ ਬਹੁਤ ਬਹੁਤ